ਸਤਿ ਸ਼੍ਰੀ ਅਕਾਲ ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੰਤੋਖ ਸਿੰਘ ਧੀਰ ਦੁਆਰਾ ਰਚਿਤ ਸਾਂਝੀ ਕੰਧ ਕਹਾਣੀ ਦੀ ਸਾਹਿਤਕ ਆਲੋਚਨਾ ਲੈ ਕੇ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਆਲੋਚਨਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈੱਲ ਦਾ ਬਟਨ ਵੀ ਦਬਾ ਸਕਦੇ ਹੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਨਾਲ ਹੀ ਸਾਹਿਤਕ ਸੱਥ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਵੀ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸੰਤੋਖ ਸਿੰਘ ਧੀਰ ਪੰਜਾਬੀ ਕਹਾਣੀ ਦੇ ਬੇਹੱਦ ਵਿਲੱਖਣ ਕਿਸਮ ਦੇ ਹਸਤਾਖਰ ਹਨ, ਨਿਵੇਕਲੀ ਕਿਸਮ ਦੇ ਸ਼ਾਇਰ ਹਨ। ਉਹ ਇੱਕ ਨਿਪੁੰਨ ਕਲਾਕਾਰ ਵਾਂਗ ਆਪਣੀਆਂ ਕਹਾਣੀਆਂ ਨੂੰ ਬੀੜਦੇ ਹਨ, ਗੁੰਦਦੇ ਹਨ ਔਰ ਪ੍ਰਤੀਬੱਧਤਾ ਦੇ ਨਾਲ ਪ੍ਰਗਤੀਵਾਦੀ ਚਿੰਤਨ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਆਪਣੀਆਂ ਕਹਾਣੀਆਂ ਨੂੰ ਸਮੇਟਦੇ ਹਨ। ਉਹ ਇੱਕ ਅਜਿਹੇ ਲੇਖਕ ਹਨ ਜਿਨ੍ਹਾਂ ਨੇ ਪੰਜਾਬੀ ਜੋ ਜਨ ਜੀਵਨ ਹੈ, ਖਾਸ ਕਰਕੇ ਪੇਂਡੂ ਜਨ ਜੀਵਨ, ਕਿਉਂਕਿ ਉਹ ਖੁਦ ਵੀ ਪੇਂਡੂ ਮਾਹੌਲ ਦੇ ਵਾਤਾਵਰਨ ਦੇ ਜੰਮਪਲ ਸਨ, ਸੋ ਉਹਨਾਂ ਨੇ ਪੇਂਡੂ ਜੀਵਨ ਨੂੰ ਬੜਾ ਨੇੜਿਓਂ ਵੇਖਿਆ, ਘੋਖਿਆ, ਨਿਰਖਿਆ, ਪਰਖਿਆ। ਸੋ ਪੇਂਡੂ ਜੀਵਨ ਦੇ ਯਥਾਰਥ ਨੂੰ ਉਹਨਾਂ ਨੇ ਬੜੀ ਹੀ ਪੈਨੀ ਦ੍ਰਿਸ਼ਟੀ ਦੇ ਨਾਲ, ਬੜੀ ਨੀਝ ਦੇ ਨਾਲ ਆਪਣੀਆਂ ਸਾਹਿਤਕ ਰਚਨਾਵਾਂ ਦਾ ਵਿਸ਼ਾ ਬਣਾਇਆ ਅਤੇ ਉਸਨੂੰ ਉਲੀਕਣ ਦੇ ਵਿੱਚ ਪੂਰੀ ਤਰ੍ਹਾਂ ਸਫਲ ਵੀ ਰਹੇ। ਉਹ ਇੱਕ ਸੁਤੰਤਰ ਕਹਾਣੀਕਾਰ ਵਜੋਂ ਸਿਰਜਣਾ ਦੇ ਵਿੱਚ ਰੁੱਝੇ ਰਹੇ। ਸੁਤੰਤਰ ਕਹਾਣੀਕਾਰ ਤੋਂ ਭਾਵ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਪਜੀਵਿਕਾ ਦਾ ਕੋਈ ਹੋਰ ਸਾਧਨ ਨਹੀਂ ਬਣਾਇਆ, ਸਗੋਂ ਸਾਹਿਤ ਰਚਨਾ ਨੂੰ ਹੀ ਆਪਣੀ ਉਪਜੀਵਿਕਾ ਦਾ ਸਾਧਨ ਮੰਨਦਿਆਂ ਹੋਇਆਂ ਆਪਣੇ ਇਸ ਫੈਸਲੇ ਦੇ ਉੱਤੇ ਤਾ ਉਮਰ ਬੜੀ ਦ੍ਰਿੜਤਾ ਦੇ ਨਾਲ ਪਹਿਰਾ ਦਿੱਤਾ ਔਰ ਇਸੇ ਕਰਕੇ ਇਹਨਾਂ ਨੂੰ 1991 ਈਸਵੀ ਦੇ ਵਿੱਚ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਅਵਾਰਡ ਦੇ ਨਾਲ ਵੀ ਨਵਾਜਿਆ ਗਿਆ। ਜਿੱਥੋਂ ਤੱਕ ਇਹਨਾਂ ਦੀਆਂ ਕਹਾਣੀਆਂ ਦਾ ਸੰਬੰਧ ਹੈ, ਇਹਨਾਂ ਨੇ ਮਨੋਵਿਗਿਆਨਿਕ ਦ੍ਰਿਸ਼ਟੀ ਦੇ ਉੱਤੇ ਵੀ ਪੇਂਡੂ ਜੀਵਨ ਜਾਂ ਪੇਂਡੂ ਲੋਕਾਂ ਦੇ ਜੀਵਨ ਨੂੰ ਬੜੀ ਨੀਝ ਦੇ ਨਾਲ ਬਿਆਨਿਆ ਹੈ। ਅੱਜ ਦੀ ਕਹਾਣੀ ਜੋ ਹੈ ਸਾਂਝੀ ਕੰਧ, ਜਿੱਥੋਂ ਤੱਕ ਇਸ ਕਹਾਣੀ ਦੇ ਵਿਸ਼ਾ ਵਸਤੂ ਦਾ ਸਵਾਲ ਹੈ, ਇਸ ਵਿੱਚ ਸੰਤੋਖ ਸਿੰਘ ਧੀਰ ਨੇ ਸਾਡੇ ਪੇਂਡੂ ਜੀਵਨ ਦੀ ਜੋ ਸਮਾਜਿਕ ਜੋ ਸਾਂਝ ਹੁੰਦੀ ਹੈ, ਪੇਂਡੂ ਲੋਕਾਂ ਦਾ ਜੋ ਆਪਸੀ ਭਾਈਚਾਰਾ ਹੁੰਦਾ ਹੈ, ਉਸ ਦੇ ਪਹਿਲੂਆਂ ਨੂੰ ਬੜੀ ਨੀਝ ਦੇ ਨਾਲ ਬਿਆਨਿਆ ਹੈ ਕਿ ਕਿਸ ਤਰ੍ਹਾਂ ਪੇਂਡੂ ਵਾਤਾਵਰਨ ਦੇ ਵਿੱਚ ਰਹਿੰਦਿਆਂ ਹੋਇਆਂ ਲੋਕ ਜਿਹੜੇ ਨੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਬੜੇ ਮੋਹ ਮੁਹੱਬਤ ਦੇ ਨਾਲ ਜੁੜੇ ਵੀ ਹੁੰਦੇ ਹਨ, ਪਰ ਜਦੋਂ ਉਹਨਾਂ ਦੇ ਵਿੱਚ ਕੋਈ ਈਰਖਾ ਇੱਕ ਦੂਸਰੇ ਦੇ ਪ੍ਰਤੀ ਪੈਦਾ ਹੋ ਜਾਵੇ ਜਾਂ ਇੱਕ ਦੂਸਰੇ ਦੇ ਪ੍ਰਤੀ ਮਨ ਦੇ ਵਿੱਚ ਕੋਈ ਦੁਵੈਤ ਪੈਦਾ ਹੋ ਜਾਵੇ, ਤਾਂ ਫਿਰ ਜਿੱਥੇ ਭਰਾ ਦੀ ਬਾਂਹ ਹੁੰਦੇ ਨੇ, ਵੇਲੇ ਦੀ ਕੁਵੇਲੇ ਦੀ ਸਾਂਝ ਹੁੰਦੇ ਨੇ, ਜਿੱਥੇ ਗੁਆਂਢੀਆਂ ਨੂੰ ਹਮਸਾਏ ਮਾਂ ਪਿਓ ਜਾਏ ਦਾ ਦਰਜਾ ਦਿੱਤਾ ਜਾਂਦਾ ਹੈ, ਉੱਥੇ ਇਹ ਇੱਕ ਦੂਜੇ ਦੇ ਜੋ ਹੈ ਦੁਸ਼ਮਣ ਵੀ ਬਣ ਜਾਂਦੇ ਨੇ, ਇੱਕ ਦੂਜੇ ਨੂੰ ਜੋ ਹੈ ਥੱਲੇ ਲਾਉਣ ਦੀਆਂ ਸਕੀਮਾਂ ਵੀ ਨਿਰੰਤਰ ਗੁੰਦਦੇ ਨੇ ਅਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜਿਹੇ ਜੋ ਮੋਹਤਬਰ ਲੋਕ ਹੁੰਦੇ ਨੇ, ਜਿਵੇਂ ਸਰਪੰਚ ਹੈ ਇਸ ਪਿੰਡ ਇਸ ਕਹਾਣੀ ਦੇ ਵਿੱਚ ਧੰਮਾ ਸਿੰਘ ਸਰਪੰਚ, ਉਹ ਇੱਕ ਅਜਿਹੇ ਸ਼ਖਸ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਜੋ ਸਾਡੇ ਰਾਜਨੀਤੀ ਦੇ ਉੱਤੇ ਕਾਬਜ਼ ਲੋਕ ਜਿਸ ਤਰ੍ਹਾਂ ਦੀਆਂ ਚਾਲਾਂ ਚੱਲਦੇ ਹਨ, ਉਹਨਾਂ ਦੀਆਂ ਚਾਲਾਂ ਚੱਲਣ ਦੇ ਵਿੱਚ ਪੂਰੀ ਤਰ੍ਹਾਂ ਇੱਕ ਮਾਹਿਰ ਜਾਂ ਖੁਦਗਰਜ਼ ਕਿਸਮ ਦਾ ਕਮੀਨੀ ਕਿਸਮ ਦਾ ਇਨਸਾਨ ਹੈ, ਜਿਸ ਦੀ ਚੋਣ ਜਿਹੜਾ ਹੈ ਲੋਕਾਂ ਨੇ ਬੜੇ ਹੀ ਚਾਅ ਦੇ ਨਾਲ ਕਹਿ ਸਕਦੇ ਹਾਂ ਆਪਣੇ ਪਿੰਡ ਦੇ ਵਿਕਾਸ ਦੇ ਲਈ ਕੀਤੀ ਹੁੰਦੀ ਹੈ, ਉਸਨੂੰ ਇਹ ਜ਼ਿੰਮੇਦਾਰੀ ਦਿੱਤੀ ਹੁੰਦੀ ਹੈ, ਪਰ
ਉਹ ਲੋਕ ਜਿਹੜੇ ਨੇ ਕਿਸ ਤਰ੍ਹਾਂ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ। ਇਸ ਵਿਸ਼ੇ ਦੇ ਉੱਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਹਾਣੀਕਾਰ ਨੇ। ਅਸਲ ਦੇ ਵਿੱਚ ਸਾਂਝੀ ਕੰਧ ਦੋ ਭਰਾ ਹਨ ਇਸ ਕਹਾਣੀ ਦੇ ਵਿੱਚ, ਕਪੂਰ ਸਿੰਘ ਅਤੇ ਦਰਬਾਰਾ ਸਿੰਘ। ਦੋਹਾਂ ਚਾਚੇ ਤਾਏ ਦੇ ਪੁੱਤ ਭਰਾ ਹਨ, ਦੋਹਾਂ ਦੇ ਘਰ ਨਾਲ ਨਾਲ ਹਨ, ਭਰਾ ਵੀ ਹਨ ਅਤੇ ਗੁਆਂਢੀ ਵੀ ਹਨ। ਦੋਹਾਂ ਦੀ ਸਾਂਝੀ ਕੰਧ ਹੈ ਜੋ ਕਿ ਮੀਹਾਂ ਦੇ ਵਿੱਚ ਡਿੱਗ ਪਈ ਹੈ, ਜਿਸ ਸਦਕਾ ਕਪੂਰ ਸਿੰਘ ਦੇ ਘਰ ਵਾਲੇ ਪਾਸਿਓਂ ਉਸਦਾ ਕੋਠਾ ਵੀ ਢਹਿ ਜਾਂਦਾ ਹੈ। ਤਾਂ ਬੜੀ ਮੁਸ਼ਕਲ ਦੇ ਨਾਲ ਉਸਨੇ ਸੋਚਿਆ ਹੈ ਕਿ ਇਸ ਜੋ ਕੰਧ ਦੀ ਉਸਾਰੀ ਕੀਤੀ ਜਾਵੇ, ਘਰ ਬਣਾਇਆ ਜਾਵੇ, ਕਿਉਂਕਿ ਤੰਗੀਆਂ ਤੁਰਸ਼ੀਆਂ ਦਾ ਸਤਾਇਆ ਹੋਇਆ ਬੜੀਆਂ ਹੀ ਜੋ ਹੈ ਜੁਗਾੜਾਂ ਲਾ ਕੇ ਉਹ ਮਸਾਂ ਘਰ ਬਣਾਉਣ ਦੀ ਵਿਉਂਤ ਬਣਾਉਂਦਾ ਹੈ। ਤਾਂ ਉਸਦਾ ਭਰਾ ਦਰਬਾਰਾ ਸਿੰਘ ਜੋ ਹੈ ਅਜਿਹਾ ਰੇੜਕਾ ਪਾਉਂਦਾ ਹੈ ਕਿ ਉਹਦਾ ਜੋ ਘਰ ਹੈ ਉਹ ਸਿਰੇ ਲੱਗਣ 'ਤੇ ਨਹੀਂ ਆ ਰਿਹਾ। ਤਾਂ ਕਪੂਰ ਸਿੰਘ ਜਿਹੜਾ ਬਹੁਤ ਹੀ ਸਮਝਦਾਰ ਸਿਆਣੀ ਕਿਸਮ ਦਾ ਇਨਸਾਨ ਹੈ, ਉਹ ਦਰਬਾਰੇ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਵੱਲੋਂ ਲਿਫਨ ਦੀ ਵੀ ਪੂਰੀ ਕੋਸ਼ਿਸ਼ ਕਰਦਾ ਹੈ। ਭਾਵ ਸਾਂਝੀ ਕੰਧ ਬਣਾਉਂਦਿਆਂ ਹੋਇਆਂ ਜਿੰਨਾ ਖਰਚਾ ਆਉਂਦਾ ਹੈ ਉਹ ਥੋੜ੍ਹਾ ਖਰਚਾ ਦਰਬਾਰੇ ਤੋਂ ਲੈਣ ਦੀ ਵੀ ਗੱਲ ਕਰਦਾ ਹੈ, ਮਿਸਤਰੀਆਂ ਦਾ ਖਰਚਾ ਵੀ ਖੁਦ ਦੇਣ ਬਾਰੇ ਸੋਚਦਾ ਹੈ। ਭਾਵ ਜਿੰਨੇ ਵੀ ਉਸਨੂੰ ਕੋਈ ਭਰਪਾਈ ਕਰਨੀ ਪੈਂਦੀ ਹੈ ਉਹ ਆਪਣੇ ਉੱਤੇ ਕਿਉਂ ਲੈਂਦਾ ਹੈ, ਕਿਉਂਕਿ ਉਸਨੂੰ ਲੱਗਦਾ ਹੈ ਕਿ ਕੰਧ ਦੀ ਲੋੜ ਉਸਨੂੰ ਹੈ, ਕਿਉਂਕਿ ਆਹੀ ਮੌਸਮ ਹੈ, ਜੇਕਰ ਉਸਾਰੀ ਹੋ ਗਈ ਬਾਅਦ ਦੇ ਵਿੱਚ ਫਿਰ ਮੀਹਾਂ ਜੋ ਹੈ ਸਰਦੀ ਆ ਜਾਣੀ ਹੈ, ਸਰਦੀ ਦੇ ਵਿੱਚ ਦਿਨ ਛੋਟੇ ਹੋ ਜਾਂਦੇ ਹਨ, ਜਿਸ ਸਦਕਾ ਮਿਸਤਰੀਆਂ ਤੋਂ ਕੰਮ ਵੀ ਨਹੀਂ ਨਿਬੜਨਾ, ਇਸ ਲਈ ਉਹ ਛੇਤੀ ਤੋਂ ਛੇਤੀ ਇਸ ਕੰਮ ਨੂੰ ਸਿਰੇ ਲਾਉਣਾ ਚਾਹੁੰਦਾ ਹੈ। ਦੂਜੇ ਪਾਸੇ ਦਰਬਾਰਾ ਜਿਹੜਾ ਹੈ ਉਹ ਸਰਪੰਚ ਦੇ ਹੱਥਾਂ ਦੇ ਵਿੱਚ ਆਇਆ ਹੋਇਆ, ਸਰਪੰਚ ਦੀ ਚੁੱਕਣਾ ਦੇ ਵਿੱਚ ਆਇਆ ਹੋਇਆ, ਨਿਰੰਤਰ ਉਸਦੇ ਕੰਮ ਦੇ ਵਿੱਚ ਰੋੜੇ ਅਟਕਾ ਰਿਹਾ ਹੈ। ਤਾਂ ਅਖੀਰ ਪੰਚਾਇਤ ਪਰੇ ਦੇ ਵਿੱਚ ਜਾ ਕੇ, ਪੰਚਾਇਤ ਦੇ ਵਿੱਚ ਜਾ ਕੇ ਕਪੂਰ ਸਿੰਘ ਗੱਲ ਕਰਦਾ ਹੈ ਕਿ ਚਾਰ ਬੰਦੇ ਵੀ ਉੱਥੇ ਬੈਠੇ ਹੋਣਗੇ ਜਿਹੜੇ ਉਹਨਾਂ ਦੋਹਾਂ ਦੇ ਵਿੱਚ ਇਸ ਮਸਲੇ ਨੂੰ ਸੁਲਝਾ ਦੇਣਗੇ, ਪਰ ਉੱਥੇ ਸਰਪੰਚ ਵੀ ਮੌਜੂਦ ਹੈ, ਉੱਥੇ ਪਟਵਾਰੀ ਵੀ ਮੌਜੂਦ ਹੈ ਔਰ ਪਿੰਡ ਦਾ ਨੰਬਰਦਾਰ ਵੀ ਮੌਜੂਦ ਹੈ। ਦੋਹਾਂ ਨੂੰ ਪਤਾ ਹੈ, ਨੰਬਰਦਾਰ ਅਤੇ ਪਟਵਾਰੀ ਨੂੰ, ਕਿ ਕਪੂਰ ਸਿੰਘ ਸਹੀ ਹੈ ਅਤੇ ਦਰਬਾਰਾ ਗਲਤ ਹੈ। ਉਹ ਸੋਚਦੇ ਹਨ ਕਿ ਇਹਨਾਂ ਦਾ ਮਸਲਾ ਦੋਹਾਂ ਭਰਾਵਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਆਪਸ ਦੇ ਵਿੱਚ ਨਿਬੜ ਜਾਵੇ ਅਤੇ ਗੱਲ ਸਿਰੇ ਲੱਗ ਜਾਵੇ, ਪਰ ਸਰਪੰਚ ਉੱਥੇ ਇੰਨਾ ਨਿੱਕਾ ਜਿਹਾ ਖੰਘੂਰਾ ਮਾਰਦਾ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਦਰਬਾਰਿਆ ਤੂੰ ਅੜਿਆ ਰਹਿ, ਮੈਂ ਤੇਰੇ ਨਾਲ ਹਾਂ। ਅਤੇ ਦਰਬਾਰਾ ਜਿਹੜਾ ਹੈ ਕਪੂਰ ਸਿੰਘ ਨੂੰ ਕਿਸੇ ਤਰ੍ਹਾਂ ਦਾ ਵੀ ਨਿਆਂ ਦੇਣ ਦੇ ਲਈ ਰਾਜ਼ੀ ਨਹੀਂ ਹੁੰਦਾ। ਤਾਂ ਅਖੀਰ ਕਪੂਰ ਸਿੰਘ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਉਹ ਸੋਚਦਾ ਹੈ ਕਿ ਚਲੋ ਜਦੋਂ ਸਾਂਝੀ ਕੰਧ ਦੀ ਗੱਲ ਆਵੇਗੀ ਉੱਥੇ ਜਾ ਕੇ ਫਿਰ ਦੁਬਾਰਾ ਗੱਲ ਕੀਤੀ ਜਾਵੇਗੀ। ਉਨੀ ਦੇਰ ਨੂੰ ਹੋ ਸਕਦਾ ਹੈ ਦਰਬਾਰਾ ਥੋੜ੍ਹਾ ਢਲ ਜਾਵੇ ਜਾਂ ਉਸਨੂੰ ਪਰਮਾਤਮਾ ਕੋਈ ਸਮੱਤ ਬਖਸ਼ੇ ਅਤੇ ਉਹ ਸਹੀ ਫੈਸਲੇ 'ਤੇ ਆ ਜਾਵੇ। ਅਖੀਰ ਜਦੋਂ ਘਰ ਸਿਰੇ ਲੱਗਣ ਲੱਗਦਾ ਹੈ ਅਤੇ ਸਾਂਝੀ ਕੰਧ ਜਿਹੜੀ ਹੈ ਉੱਥੇ ਗੱਲ ਜਦੋਂ ਪੰਚਾਇਤ ਇਕੱਠੀ ਹੁੰਦੀ ਹੈ ਤਾਂ ਉੱਥੇ ਵੀ ਸਰਪੰਚ ਜਿਹੜਾ ਹੈ ਫੀਤਾ ਫੜ ਕੇ ਆਪ ਖਲੋ ਜਾਂਦਾ ਹੈ ਅਤੇ ਜਾਣ ਬੁੱਝ ਕੇ ਉਹ ਕਪੂਰ ਸਿੰਘ ਵਾਲੇ ਪਾਸੇ ਇੱਕ ਹੱਥ ਫੀਤਾ ਰੱਖ ਦਿੰਦਾ ਹੈ ਅਤੇ ਕਪੂਰ ਸਿੰਘ ਦੇ ਟੋਕਣ 'ਤੇ ਸਰਪੰਚ ਦੇ ਬੋਲਣ ਜਾਂ ਦੂਜਿਆਂ ਦੇ ਬੋਲਣ ਤੋਂ ਪਹਿਲਾਂ ਹੀ ਦਰਬਾਰਾ ਸਿੰਘ ਜਿਹੜਾ ਹੈ ਉਸਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ। ਇੱਥੋਂ ਗੱਲ ਵੱਧ ਜਾਂਦੀ ਹੈ ਡਾਂਗਾਂ ਸੋਟਿਆਂ ਤੋਂ, ਅੰਤ ਜਿਹੜਾ ਹੈ ਦੋਹੇ ਪਾਸੇ ਲਹੂ ਲੁਹਾਣ ਹੋ ਕੇ ਪੱਟੀਆਂ ਹੋ ਜਾਂਦੀਆਂ ਹਨ, ਮੁਕੱਦਮੇ ਚੱਲ ਜਾਂਦੇ ਹਨ ਅਤੇ ਬੋਲਚਾਲ ਸਦਾ ਲਈ ਬੰਦ ਹੋ ਜਾਂਦਾ ਹੈ ਅਤੇ ਕੰਧ ਜਿਹੜੀ ਹੈ ਉਹ ਵੀ ਅੱਧ ਵਿਚਾਲੇ ਹੀ ਰਹਿ ਜਾਂਦੀ ਹੈ। ਤਾਂ ਇਸ ਤਰ੍ਹਾਂ ਲੇਖਕ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਜਿਹੜੇ ਸਰਪੰਚ ਜਿਹੇ ਲੋਕ ਜਿਨ੍ਹਾਂ ਨੂੰ ਪਿੰਡ ਦੇ ਵਿਕਾਸ ਦੇ ਲਈ, ਆਪਸੀ ਭਾਈਚਾਰਕ ਸਾਂਝ ਦੇ ਲਈ, ਪਿੰਡ ਦੇ ਵਿੱਚ ਏਕਾ ਅਤੇ ਇਤਫਾਕ ਕਾਇਮ ਰੱਖਣ ਦੇ ਲਈ ਚੁਣਿਆ ਜਾਂਦਾ ਹੈ,
ਔਰ ਪਿੰਡ ਦੇ ਵਿਕਾਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਚੁਣਿਆ ਜਾਂਦਾ ਹੈ। ਅਜਿਹੇ ਲੋਕ ਜਿਹੜੇ ਨੇ ਲੋਕਾਂ ਨੂੰ ਆਪਸ ਦੇ ਵਿੱਚ ਉਲਝਾ ਕੇ ਉਹਨਾਂ ਦੇ ਵਿੱਚ ਜਾਗਰੂਕਤਾ ਨਹੀਂ ਪੈਦਾ ਹੋਣ ਦੇਣਾ ਚਾਹੁੰਦੇ, ਔਰ ਸਗੋਂ ਜਿਵੇਂ ਕਿ ਕਪੂਰ ਸਿੰਘ ਨੇ ਚੋਣਾਂ ਦੇ ਵਿੱਚ ਸਰਪੰਚ ਦਾ ਵਿਰੋਧ ਕੀਤਾ ਸੀ, ਇਸ ਕਰਕੇ ਆਪਣੀ ਨਿੱਜੀ ਕਿਰੜ ਦੇ ਲਈ ਬਦਲਾ ਲੈਣ ਦੇ ਲਈ ਕਪੂਰ ਸਿੰਘ ਦੇ ਭਰਾ ਦਰਬਾਰਾ ਸਿੰਘ ਨੂੰ ਹੀ ਉਸ ਦੇ ਖਿਲਾਫ ਭੜਕਾ ਕੇ ਉਸ ਤੋਂ ਆਪਣਾ ਵੈਰ ਕੱਢ ਰਿਹਾ ਹੈ। ਤਾਂ ਅਜਿਹੇ ਪਾਤਰ ਜਿਹੜੇ ਨੇ ਉਹ ਇੱਕ ਕਲੰਕ ਹੁੰਦੇ ਹਨ, ਜਿਹੜੇ ਸਾਡੇ ਮੁਸ਼ਾਇਰੇ ਦੇ ਸਾਡੇ ਭਾਈਚਾਰਕ ਵਾਤਾਵਰਨ ਨੂੰ ਗੰਧਲਿਆਂ ਕਰਨ ਦੇ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਨੇ। ਪੇਂਡੂ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਜੋ ਹੈ ਬੜਾ ਸਾਰਥਕ ਚੁਣਿਆ ਹੈ ਔਰ ਸਾਡੇ ਆਲੇ ਦੁਆਲੇ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਜਿੱਥੋਂ ਤੱਕ ਕਹਾਣੀ ਦੇ ਪਲਾਟ ਜਾਂ ਗੋਂਦ ਦਾ ਸੰਬੰਧ ਹੈ, ਜਿਵੇਂ ਕਿ ਪਹਿਲਾਂ ਵੀ ਪਿਛਲੇ ਲੈਕਚਰਸ ਦੇ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਪਲਾਟ ਜਾਂ ਗੋਂਦ ਇੱਕ ਅਜਿਹਾ ਫਰੇਮ ਹੁੰਦਾ ਹੈ ਜਿਸ ਦੇ ਵਿੱਚ ਕਹਾਣੀਕਾਰ ਨੇ ਕਹਾਣੀ ਦੀਆਂ ਸਾਰੀਆਂ ਲੜੀਆਂ ਨੂੰ ਬੜਾ ਸਿਲਸਿਲੇਵਾਰ ਤਰਤੀਬਵਾਰ ਫਿੱਟ ਕੀਤਾ ਹੁੰਦਾ ਹੈ, ਉਸਦਾ ਨਾਮ ਹੀ ਪਲਾਟ ਹੁੰਦਾ ਹੈ ਜਾਂ ਗੋਂਦ। ਭਾਵ ਕਹਾਣੀ ਦੀਆਂ ਲੜੀਆਂ ਨੂੰ ਇਸ ਤਰ੍ਹਾਂ ਨੀਜ਼ ਦੇ ਨਾਲ ਗੁੰਦਿਆ ਹੁੰਦਾ ਹੈ, ਬੀੜਿਆ ਹੁੰਦਾ ਹੈ, ਚੁਣਿਆ ਹੁੰਦਾ ਹੈ ਕਿ ਉਸ ਦੇ ਵਿੱਚ ਕੋਈ ਵੀ ਚੂਲ ਢਿੱਲੀ ਨਹੀਂ ਰਹਿੰਦੀ। ਜਿੰਨੀ ਕਹਾਣੀ ਗੁੰਦਵੀਂ ਹੋਏਗੀ ਉਨੀ ਹੀ ਕਹਾਣੀ ਪ੍ਰਭਾਵਸ਼ਾਲੀ ਹੋਏਗੀ। ਜੇਕਰ ਕਹਾਣੀ ਦੀ ਗੋਂਦ ਢਿੱਲੀ ਹੈ ਤਾਂ ਉਹ ਕਹਾਣੀ ਪਾਤਰਾਂ ਦੇ ਉੱਤੇ ਪ੍ਰਭਾਵ ਪਾਉਣ ਦੇ ਵਿੱਚ ਸਫਲ ਨਹੀਂ ਹੋ ਸਕਦੀ। ਪਰ ਸਾਂਝੀ ਕੰਧ ਕਹਾਣੀ ਦੀਆਂ ਲੜੀਆਂ ਜਿਹੜੀਆਂ ਨੇ ਉਹ ਨਿਰੰਤਰ, ਜਿਵੇਂ ਕਪੂਰ ਸਿੰਘ ਦੀ ਕੰਧ ਦਾ ਢਹਿ ਜਾਣਾ, ਉਸਦਾ ਦਰਬਾਰੇ ਨੂੰ ਕੰਧ ਕਰਨ ਦੇ ਲਈ ਮਨਾਉਣਾ, ਸਰਪੰਚ ਦਾ ਉਸ ਦੇ ਵਿੱਚ ਜੋ ਹੈ ਦਰਬਾਰੇ ਨੂੰ ਉਕਸਾਉਣਾ ਅਤੇ ਅੰਤ ਲੜਾਈ ਝਗੜਾ ਕਰਵਾ ਕੇ ਕੰਧ ਦਾ ਉੱਥੇ ਰਹਿ ਜਾਣਾ ਅਤੇ ਆਪ ਉਹਨਾਂ ਦੋਹਾਂ ਭਰਾਵਾਂ ਦਾ ਆਪਸ ਦੇ ਵਿੱਚ ਬੋਲਚਾਲ ਖਤਮ ਹੋ ਜਾਣਾ, ਅਤੇ ਅੰਤ ਖਾਸ ਕਰਕੇ ਇੱਕ ਤਾਈ ਰਾਮ ਕੌਰ ਜਿਹੇ ਪਾਤਰ ਵੀ ਸਾਡੇ ਸਮਾਜ ਦੇ ਵਿੱਚ ਹੁੰਦੇ ਹਨ, ਉਹਨਾਂ ਬਾਰੇ ਲੇਖਕ ਨੇ ਦਰਸਾਇਆ ਹੈ ਕਿ ਅਜਿਹੇ ਪਾਤਰ ਪੇਂਡੂ ਜੀਵਨ ਦੇ ਵਿੱਚ ਸਾਨੂੰ ਆਮ ਵਿਚਰਦੇ ਹੋਏ ਮਿਲ ਜਾਂਦੇ ਨੇ, ਜਿਹੜੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦੇ ਲਈ ਵਡਮੁੱਲਾ ਯੋਗਦਾਨ ਪਾਉਂਦੇ ਨੇ। ਸੋ ਅੰਤ ਤੱਕ ਇਹ ਕਹਾਣੀ ਜਿਹੜੀ ਹੈ ਬੜੀ ਰੋਚਕਤਾ ਦੇ ਨਾਲ ਚੱਲਦੀ ਹੈ, ਪਾਠਕ ਨੂੰ ਬੜੇ ਰਸਿਕ ਆਨੰਦ ਪ੍ਰਦਾਨ ਕਰਦੀ ਹੈ ਔਰ ਪਾਠਕ ਅੰਤ ਤੱਕ ਬੰਨਿਆ ਹੋਇਆ ਇੱਕੋ ਹੀ ਬੈਠਕ ਦੇ ਵਿੱਚ ਕਹਾਣੀ ਨੂੰ ਸੰਪੂਰਨ ਕਰ ਦਿੰਦਾ ਹੈ। ਸੋ ਪਲਾਟ ਜਾਂ ਗੋਂਦ ਪੱਖੋਂ ਅਸੀਂ ਇਸ ਕਹਾਣੀ ਨੂੰ ਇੱਕ ਸਫਲ ਕਹਾਣੀ ਦਾ ਦਰਜਾ ਦੇ ਸਕਦੇ ਹਾਂ। ਜਿੱਥੋਂ ਤੱਕ ਇਸ ਕਹਾਣੀ ਦੇ ਉਦੇਸ਼ ਦਾ ਸੰਬੰਧ ਹੈ, ਅਸਲ ਦੇ ਵਿੱਚ ਲੇਖਕ ਪੇਂਡੂ ਭਾਈਚਾਰਕ ਸਾਂਝ ਨੂੰ ਬਿਆਨ ਕਰਨਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਸਰਪੰਚ ਜਿਹੇ ਲੋਕ ਵੀ ਪਿੰਡਾਂ ਦੇ ਵਿੱਚ ਹੁੰਦੇ ਹਨ ਜਿਹੜੇ ਆਪਣੇ ਨਿੱਜੀ ਸਵਾਰਥ ਦੇ ਲਈ ਪੇਂਡੂ ਜੀਵਨ ਨੂੰ, ਪੇਂਡੂ ਭਾਈਚਾਰਕ ਸਾਂਝ ਨੂੰ, ਪੇਂਡੂ ਵਾਤਾਵਰਨ ਨੂੰ ਗੰਧਲਾਉਂਦੇ ਹਨ। ਅਜਿਹੇ ਲੋਕਾਂ ਦੇ ਪ੍ਰਤੀ, ਸਰਪੰਚ ਜਿਹੇ ਪਾਤਰਾਂ ਦੇ ਪ੍ਰਤੀ ਪੇਂਡੂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ, ਜਾਗਰੂਕ ਰਹਿਣਾ ਚਾਹੀਦਾ ਹੈ ਔਰ ਇਹਨਾਂ ਦੇ ਕਿਸੇ ਵੀ ਤਰ੍ਹਾਂ ਦੀ ਚਾਲ ਜਾਂ ਜਾਲ ਦੇ ਵਿੱਚ ਫਸਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਹੈ। ਅਤੇ ਨਾਲ ਦੀ ਨਾਲ ਲੇਖਕ ਇਹ ਵੀ ਦੱਸ ਰਿਹਾ ਹੈ ਕਿ ਅਜਿਹੇ ਸਰਪੰਚ ਜਿਹੇ ਲੋਕਾਂ ਦੀ ਇੰਨੀ ਕੋਸ਼ਿਸ਼ ਦੇ ਬਾਵਜੂਦ ਵੀ ਤਾਈ ਰਾਮ ਕੌਰ ਜਿਹੇ ਲੋਕ ਜਿਹੜੇ ਪਾਤਰ ਹੁੰਦੇ ਹਨ ਪਿੰਡਾਂ ਦੇ ਵਿੱਚ, ਮਰਜੀਵੜੇ ਪਾਤਰ ਜਿਹੜੇ ਨੇਕੀ ਦੇ ਪ੍ਰਤੀਕ ਹੁੰਦੇ ਹਨ, ਜਿਨ੍ਹਾਂ ਦਾ ਮਕਸਦ ਜਿਹੜਾ ਹੈ ਪਿੰਡ ਦੇ ਵਾਤਾਵਰਨ ਨੂੰ ਸੁਹਿਰਦ ਬਣਾਈ ਰੱਖਣਾ ਹੁੰਦਾ ਹੈ, ਉਹ ਵੀ ਮੌਜੂਦ ਹੁੰਦੇ ਹਨ, ਜਿਹੜੇ ਜਿਨ੍ਹਾਂ ਦੇ ਸਿਰ 'ਤੇ ਹੀ ਅਜਿਹੇ ਮੁੱਠੀ ਭਰ ਲੋਕਾਂ ਦੇ ਸਿਰ 'ਤੇ ਹੀ ਪੇਂਡੂ ਜੀਵਨ, ਪੇਂਡੂ ਸਮਾਜਿਕ ਭਾਈਚਾਰਕ ਸਾਂਝ ਜੋ ਹੈ ਉਹ ਬਰਕਰਾਰ ਰਹਿੰਦੀ ਹੈ। ਇਸ ਲਈ ਲੇਖਕ ਦਾ ਉਦੇਸ਼ ਜਿਹੜਾ ਹੈ ਲੋਕਾਂ ਨੂੰ ਸਰਪੰਚ ਜਿਹੇ ਕਿਰਦਾਰਾਂ ਤੋਂ ਸੁਚੇਤ ਰਹਿਣ ਦਾ ਸੰਦੇਸ਼ ਦੇਣਾ ਹੈ।
ਜਿਸ ਦੇ ਵਿੱਚ ਲੇਖਕ ਪੂਰੀ ਤਰ੍ਹਾਂ ਸਫਲ ਹੋਇਆ ਹੈ ਔਰ ਪਾਠਕ ਵੀ ਜੋ ਹੈ ਨਿਰੰਤਰ ਇਸ ਸਾਰੀ ਚਾਲ ਨੂੰ ਸਮਝ ਰਿਹਾ ਹੈ। ਇਸ ਤੋਂ ਬਾਅਦ ਆ ਜਾਂਦੀ ਹੈ ਪਾਤਰ ਉਸਾਰੀ, ਕਿਉਂਕਿ ਪਾਤਰ ਇਸ ਕਹਾਣੀ ਦੇ ਵਿੱਚ ਮੁੱਖ ਪਾਤਰ ਜਿਹੜਾ ਹੈ ਕਪੂਰ ਸਿੰਘ ਹੈ, ਉਸਦਾ ਭਰਾ ਦਰਬਾਰਾ ਸਿੰਘ, ਸਰਪੰਚ ਅਤੇ ਤਾਈ ਰਾਮ ਕੌਰ, ਇਹ ਚਾਰ ਪਾਤਰ ਜਿਹੜੇ ਹਨ ਇਹਨਾਂ ਦਾ ਨਿਵੇਕਲਾ ਯੋਗਦਾਨ ਹੈ। ਬਾਕੀ ਹੋਰ ਵੀ ਬਹੁਤ ਸਾਰੇ ਪਾਤਰ ਹਨ, ਜਿਵੇਂ ਪਿੰਡ ਦੇ ਲੋਕ ਹਨ, ਜਿਵੇਂ ਸਾਂਝੀ ਕੰਧ ਦੀ ਉਸਾਰੀ ਸਮੇਂ ਲੋਕਾਂ ਦਾ ਇਕੱਠ ਹੁੰਦਾ ਹੈ, ਦੋਹਾਂ ਧਿਰਾਂ ਦੀਆਂ ਤੀਵੀਆਂ ਹਨ, ਬਹੁਤ ਸਾਰੇ ਪਾਤਰ ਹਨ ਪਰ ਇਹ ਗੌਣ ਰਹਿ ਜਾਂਦੇ ਹਨ। ਮੁੱਖ ਪਾਤਰ ਇਹਨਾਂ ਦੇ ਵਿੱਚੋਂ ਕਪੂਰ ਸਿੰਘ ਹੈ, ਜੇ ਉਹ ਬੜਾ ਹੀ ਸੁਹਿਰਦ ਕਿਸਮ ਦਾ ਪਾਤਰ ਹੈ, ਸਮਝਦਾਰ ਹੈ, ਉਸਨੂੰ ਵੇਲੇ ਕੁਵੇਲੇ ਦਾ ਸਮੇਂ ਦਾ ਸਾਰਾ ਪਤਾ ਹੈ, ਕਿਹੜੀ ਗੱਲ ਕਿੱਥੇ ਕਰਨੀ ਹੈ ਇਸ ਗੱਲ ਦਾ ਵੀ ਉਸਨੂੰ ਅਹਿਸਾਸ ਹੈ ਔਰ ਹਰ ਹੀਲੇ ਆਪਣੇ ਭਰਾ ਦੇ ਨਾਲ ਬਣਾ ਕੇ ਰੱਖਣੀ ਚਾਹੁੰਦਾ ਹੈ। ਅਜਿਹੇ ਸੁਹਿਰਦ ਪਾਤਰ ਸਾਨੂੰ ਪਿੰਡਾਂ ਦੇ ਵਿੱਚ ਮਿਲ ਜਾਂਦੇ ਹਨ। ਦੂਜੇ ਪਾਸੇ ਦਰਬਾਰਾ ਸਿੰਘ ਜਿਹਾ ਲਾਈ ਲੱਗ ਜਾਂ ਝੋਲੀ ਝੁੱਕ ਕਿਸਮ ਦਾ ਪਾਤਰ ਜਿਹੜਾ ਆਪਣੇ ਭਰਾ ਦੇ ਲਈ ਜੋ ਹੈ ਨਾਲ ਵਿਗਾੜ ਲੈਂਦਾ ਹੈ ਸਰਪੰਚ ਦੇ ਪਿੱਛੇ ਲੱਗ ਕੇ, ਜਿਹੜੀ ਉਹਦੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਔਰ ਸਰਪੰਚ ਜਿਹੇ ਪਾਤਰ ਵੀ ਸਾਡੇ ਪੇਂਡੂ ਜੀਵਨ ਯਥਾਰਥ ਦਾ ਇੱਕ ਹਿੱਸਾ ਹਨ, ਜੋ ਕਿ ਬੜੀ ਲਾਗਤਬਾਜ਼ੀ ਦੇ ਨਾਲ ਕੰਮ ਕਰਦੇ ਹਨ ਪਿੰਡਾਂ ਦੇ ਵਿੱਚ, ਲੜਾਈ ਝਗੜੇ ਕਰਾਉਣ ਦੇ ਵਿੱਚ ਉਹਨਾਂ ਦਾ ਜ਼ਿਆਦਾ ਜੋ ਊਰਜਾ ਜਾਂ ਐਨਰਜੀ ਲੱਗਦੀ ਹੈ। ਖਚਰੀ ਕਿਸਮ ਦੇ ਲੋਕ ਹੁੰਦੇ ਹਨ ਜਿਹੜੇ ਨਿਆਂ ਪਸੰਦ ਨਹੀਂ ਹੁੰਦੇ, ਬੇਇਨਸਾਫੀ ਕਰਨਾ ਹੀ ਉਹਨਾਂ ਦਾ ਧਰਮ ਹੁੰਦਾ ਹੈ। ਅਜਿਹੇ ਪਾਤਰਾਂ ਤੋਂ, ਅਜਿਹੇ ਲੋਕਾਂ ਤੋਂ ਹਮੇਸ਼ਾ ਪੇਂਡੂ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦੇ ਲਈ ਸੁਚੇਤ ਰਹਿਣ ਦੀ ਲੋੜ ਹੈ। ਜਿੱਥੋਂ ਤੱਕ ਵਾਰਤਾਲਾਪ ਦਾ ਸਵਾਲ ਹੈ, ਇਸ ਕਹਾਣੀ ਦੇ ਵਿੱਚ ਵਾਰਤਾਲਾਪ ਨਿਰੰਤਰ ਕੜੀ ਵਾਂਗ ਚੱਲ ਰਹੇ ਹਨ, ਭਾਵੇਂ ਉਹ ਵਾਰਤਾਲਾਪ ਦਰਬਾਰਾ ਸਿੰਘ ਅਤੇ ਕਪੂਰ ਸਿੰਘ ਵਿੱਚ ਹੈ, ਭਾਵੇਂ ਉਹ ਵਾਰਤਾਲਾਪ ਸਰਪੰਚ ਅਤੇ ਕਪੂਰ ਸਿੰਘ ਵਿੱਚ ਹੈ, ਜਾਂ ਫਿਰ ਤਾਈ ਰਾਮ ਕੌਰ ਅਤੇ ਕਪੂਰ ਸਿੰਘ ਵਿੱਚ ਹੈ, ਜਾਂ ਫਿਰ ਅਖੀਰ ਦੇ ਵਿੱਚ ਜਦੋਂ ਕਪੂਰ ਸਿੰਘ ਨੂੰ ਤਾਈ ਰਾਮ ਕੌਰ ਦੇ ਰਾਹੀਂ ਪਤਾ ਚੱਲਦਾ ਹੈ ਕਿ ਦਰਬਾਰਾ ਨਮੂਨੀਏ ਦੇ ਚਪੇਟ ਵਿੱਚ ਆ ਗਿਆ ਹੈ, ਬਿਮਾਰ ਪਿਆ ਹੈ, ਤਾਂ ਤਾਈ ਰਾਮ ਕੌਰ ਜਿਹੜੀ ਹੈ ਇੱਕ ਦਿਨ ਸਵਖਤੇ ਹੀ ਦਰਬਾਰਾ ਸਿੰਘ ਬਾਰੇ ਕਪੂਰ ਸਿੰਘ ਨੂੰ ਆ ਕੇ ਦੱਸਦੀ ਹੈ ਕਿ ਤੂੰ ਕੁਝ ਸੁਣਿਆ ਹੈ। ਉਹ ਕਹਿੰਦਾ ਕਿ, ਕਹਿੰਦੀ ਕਿ ਦਰਬਾਰਾ ਤਾਂ ਭੁੰਜੇ ਲੱਥਾ ਪਿਆ, ਇਹ ਵਾਰਤਾਲਾਪ ਚੱਲ ਰਹੇ ਨੇ ਕਿ ਦਰਬਾਰਾ ਤਾਂ ਭੁੰਜੇ ਲੱਥਾ ਪਿਆ। ਕਹਿੰਦਾ ਨਹੀਂ ਸਹੁੰ ਦੇਵੀ ਦੀ, ਮੈਨੂੰ ਤਾਂ ਕੁਝ ਵੀ ਨਹੀਂ ਪਤਾ। ਕਹਿੰਦੀ ਲੈ ਮੁੰਡਾ ਤਾਂ ਨਮੂਨੀਏ ਦੀ ਚਪੇਟ 'ਚ ਆ ਗਿਆ ਸੀ, ਲੈ ਤੈਨੂੰ ਕਿਹੜਾ ਉਹ ਦੁਪਰਿਆਰਾ ਹੈ, ਆਖਰ ਭੱਜੀਆਂ ਬਾਹੀਂ ਗੱਲ ਨੂੰ ਹੀ ਆਉਂਦੀਆਂ ਹਨ। ਭਾਵ ਉਹ ਇੱਕ ਸੈਨਤ ਸੁੱਟ ਕੇ ਚਲੀ ਜਾਂਦੀ ਹੈ ਅਤੇ ਉਸੇ ਸੈਨਤ ਨੂੰ ਸਮਝਦਾ ਹੋਇਆ ਕਪੂਰ ਸਿੰਘ ਉਸੇ ਵਕਤ ਦਰਬਾਰਾ ਸਿੰਘ ਦੇ ਘਰ ਉਸਦਾ ਪਤਾ ਲੈਣ ਦੇ ਲਈ ਚਲਾ ਜਾਂਦਾ ਹੈ। ਔਰ ਦਰਬਾਰਾ ਸਿੰਘ ਕਪੂਰ ਸਿੰਘ ਨੂੰ ਵੇਖ ਕੇ ਅੱਖਾਂ ਭਰ ਆਉਂਦਾ ਹੈ, ਆਖਿਰ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਮੂੰਹੋਂ ਫੁੱਟ ਪੈਂਦਾ ਹੈ ਕਿ ਮੈਂ ਕਿਹੜਾ ਤੇਰਾ ਦੋਖੀ ਸੀ, ਮੈਨੂੰ ਤਾਂ ਸਹੁਰਾ ਸਰਪੰਚ ਪਖਾਉਂਦਾ ਰਿਹਾ। ਇਸ ਤਰ੍ਹਾਂ ਕਹਾਣੀਕਾਰ ਨੇ ਦਰਬਾਰਾ ਸਿੰਘ ਦੇ ਮੂੰਹੋਂ ਸਪਸ਼ਟ ਇਹ ਲਫ਼ਜ਼ ਕਹਿਲਵਾ ਕੇ ਸਰਪੰਚ ਜਿਹੇ ਪਾਤਰਾਂ ਦੀ ਵਾਸਤਵਿਕਤਾ ਨੂੰ ਵੀ ਨੰਗਿਆ ਕਰ ਦਿੱਤਾ ਅਤੇ ਅਖੀਰ ਦੇ ਵਿੱਚ ਜਦੋਂ ਕਪੂਰ ਸਿੰਘ ਦਰਬਾਰੇ ਨੂੰ ਪੁੱਛਦਾ ਹੈ ਕਿ ਕੋਈ ਇਲਾਜ ਕਰਵਾਇਆ, ਕਿਉਂਕਿ ਘਰ ਦੇ ਵਿੱਚ ਤੰਗੀ ਦੀ ਹਾਲਤ ਸੀ, ਦੋਵਾਂ ਨੂੰ ਇੱਕ ਦੂਜੇ ਦੀ ਹਾਲਤ ਦਾ ਪਤਾ ਹੀ ਸੀ। ਦਰਬਾਰਾ ਸਿੰਘ ਕਹਿੰਦਾ ਹੈ ਕਿ ਬਸ ਥੋੜ੍ਹਾ ਬਹੁਤਾ ਘਰੇਲੂ ਔੜ ਪੌੜ ਚੱਲਦਾ ਹੈ। ਤਾਂ ਕਪੂਰ ਸਿੰਘ ਉਸੇ ਵਕਤ ਆਪਣੀ ਜੇਬ ਦੇ ਵਿੱਚੋਂ ਨੋਟ ਕੱਢ ਕੇ ਉਹਦੀ ਮੁੱਠੀ ਦੇ ਵਿੱਚ ਰੱਖ ਦਿੰਦਾ ਹੈ ਕਿ ਸ਼ਹਿਰੋਂ ਜਾ ਕੇ ਇਲਾਜ ਕਰਵਾ, ਸ਼ਹਿਰੋਂ ਇਲਾਜ ਕਰਵਾਉਣ ਦੇ ਲਈ ਮੈਂ ਡਾਕਟਰ ਨੂੰ ਜਾ ਕੇ ਭੇਜਦਾ ਹਾਂ, ਢੰਗ ਦੀ ਦਵਾਈ ਲੈ। ਤਾਂ ਇਸ ਤਰ੍ਹਾਂ ਅੰਤ ਦੇ ਵਿੱਚ ਪਾਠਕ ਵੀ ਜਿਹੜੀ ਹੈ ਜਿਹੜੇ ਹਨ ਉਹ ਵੀ
ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਅੱਖਾਂ ਸਿੱਲੀਆਂ ਹੋ ਜਾਂਦੀਆਂ ਹਨ। ਅਤੇ ਲੇਖਕ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਭਾਵੇਂ ਸਰਪੰਚ ਜਿਹੇ ਲੋਕ ਜਿਹੜੇ ਨੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀਆਂ ਕਿੰਨੀਆਂ ਵੀ ਕੋਸ਼ਿਸ਼ਾਂ ਕਰ ਲੈਣ, ਪੇਂਡੂ ਲੋਕ ਬੜੇ ਸਰਲ ਸੁਭਾਅ ਦੇ ਹੁੰਦੇ ਨੇ, ਭਾਵੇਂ ਉਹਨਾਂ ਦੇ ਕਿੰਨੇ ਵੀ ਲੜਾਈ ਝਗੜੇ ਹੋਣ, ਮੁਕੱਦਮੇਬਾਜ਼ੀਆਂ ਹੋਣ, ਸੱਟਾਂ ਫੇਟਾਂ ਲੱਗੀਆਂ ਹੋਣ, ਕੁਝ ਵੀ ਹੋਇਆ ਹੋਵੇ, ਮੁਸੀਬਤ ਦੇ ਵਕਤ ਇੱਕ ਦੂਜੇ ਦੇ ਕੰਮ ਆਉਂਦੇ ਹਨ, ਇੱਕ ਦੂਜੇ ਦੇ ਸਹਾਈ ਹੁੰਦੇ ਹਨ, ਕਿਉਂਕਿ ਹਮਸਾਏ ਮਾਂ ਪਿਓ ਜਾਏ ਜਾਂ ਭਰਾ ਭਰਾ ਦੀਆਂ ਬਾਹਾਂ ਹੁੰਦੀਆਂ ਹਨ ਜਾਂ ਭੱਜੀਆਂ ਬਾਹਾਂ ਗੱਲ ਨੂੰ ਹੀ ਆਉਂਦੀਆਂ ਹਨ, ਤਾਂ ਅੰਤ ਉਹਨਾਂ ਦੋਹਾਂ ਭਰਾਵਾਂ ਦਾ ਮੇਲ ਹੋ ਜਾਂਦਾ ਹੈ। ਭਾਵ ਇਹ ਲੋਕ ਜਿਹੜੇ ਹਨ ਇਹਨਾਂ ਦੇ ਦਿਲਾਂ ਦੇ ਵਿੱਚ, ਕਿੰਨਾ ਲੋਕਾਂ ਦੇ ਪੇਂਡੂ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਕੁੜਿੱਤਨ ਹੈ, ਜੋ ਕੁਸੈਲ ਹੈ, ਉਹ ਕੋਈ ਬਹੁਤੀ ਲੰਮੇ ਸਮੇਂ ਤੱਕ ਟਿਕੀ ਨਹੀਂ ਰਹਿ ਸਕਦੀ, ਭਾਵੇਂ ਕਿੰਨੇ ਵੀ ਆਪਸੀ ਸੰਬੰਧ ਉਹਨਾਂ ਦੇ ਖਰਾਬ ਹੋ ਚੁੱਕੇ ਹੋਣ। ਆਖਿਰ ਕਿਸੇ ਦੀ ਬਿਮਾਰੀ ਸ਼ਮਾਰੀ ਬਾਰੇ ਸੁਣ ਕੇ, ਮਰਨੇ ਭਰਨੇ 'ਤੇ ਜਾਂ ਵਿਆਹ ਸ਼ਾਦੀ 'ਤੇ ਉਹ ਇਕੱਠੇ ਹੋ ਹੀ ਜਾਂਦੇ ਹਨ। ਇਹ ਉਹਨਾਂ ਦੇ ਸੁਭਾਅ ਦੀ ਸਰਲਤਾ ਹੈ ਔਰ ਪੇਂਡੂ ਭਾਈਚਾਰਕ ਸਾਂਝ ਦਾ ਸਭ ਤੋਂ ਵੱਡਾ ਇੱਕ ਗੁਣ ਹੈ, ਆਧਾਰ ਹੈ ਕਿ ਉਹ ਇੱਕ ਦੂਜੇ ਦੀਆਂ ਪੁਰਾਣੀਆਂ ਕੌੜੀਆਂ ਕੁਸੈਲੀਆਂ ਗੱਲਾਂ ਨੂੰ ਭੁੱਲ ਕੇ ਫਿਰ ਇੱਕ ਦੂਜੇ ਦੇ ਨੇੜੇ ਹੋ ਜਾਂਦੇ ਹਨ, ਇੱਕ ਦੂਜੇ ਦੇ ਸਹਾਈ ਬਣਦੇ ਹਨ। ਸੋ ਇਸ ਪੇਂਡੂ ਵਾਤਾਵਰਨ ਨੂੰ ਉਲੀਕਦਿਆਂ ਹੋਇਆਂ ਲੇਖਕ ਜੋ ਹੈ ਉਹ ਪੂਰੀ ਤਰ੍ਹਾਂ ਸਫਲ ਰਿਹਾ ਹੈ, ਕਿਉਂਕਿ ਸਭ ਤੋਂ ਵੱਡੀ ਖਾਸੀਅਤ ਸੰਤੋਖ ਸਿੰਘ ਧੀਰ ਦੀ ਇਹ ਹੈ ਕਿ ਉਸਨੇ ਪੇਂਡੂ ਵਾਤਾਵਰਨ ਨੂੰ ਜੋ ਹੈ ਇੰਨੀ ਨੀਝ ਦੇ ਨਾਲ ਬਿਆਨਿਆ ਹੈ ਕਿ ਇਸ ਸੰਦਰਭ ਦੇ ਵਿੱਚ ਉਸਦੀਆਂ ਹੋਰ ਕਹਾਣੀਆਂ ਵੀ ਲਈਆਂ ਜਾ ਸਕਦੀਆਂ ਹਨ, ਜਿਵੇਂ ਮੰਗੋ ਕਹਾਣੀ ਹੈ ਜਿਸ ਦੇ ਵਿੱਚ ਇੱਕ ਪਸ਼ੂ ਦੀ ਮਾਨਸਿਕਤਾ ਨੂੰ ਉਸਨੇ ਬੜਾ ਹੀ ਬਰੀਕੀ ਦੇ ਨਾਲ ਚਿੱਤਰਿਆ ਹੈ। ਸਵੇਰ ਹੋਣ ਤੱਕ ਜਾਂ ਵੱਢ ਵਿੱਚ ਇੱਕ ਸਵੇਰ ਜਾਂ ਮੇਰਾ ਉਜੜਿਆ ਗੁਆਂਢੀ ਵੀ ਜਿਹੜੀਆਂ ਹਨ ਸਾਂਝੀ ਕੰਧ ਵਾਂਗ ਹੀ ਉਸਦੀਆਂ ਬਹੁਤ ਕਲਾਸੀਕਲ ਕਹਾਣੀਆਂ ਰਹੀਆਂ ਹਨ। ਜਿੱਥੋਂ ਤੱਕ ਭਾਸ਼ਾ ਸ਼ੈਲੀ ਦਾ ਸਵਾਲ ਹੈ, ਸੰਤੋਖ ਸਿੰਘ ਧੀਰ ਦੀ ਭਾਸ਼ਾ ਸ਼ੈਲੀ ਪੇਂਡੂ ਮੁਹਾਵਰੇ ਵਾਲੀ ਹੈ, ਵਾਰ-ਵਾਰ ਇਸ ਦੇ ਵਿੱਚ ਬਹੁਤ ਸਾਰੇ ਮੁਹਾਵਰਿਆਂ ਦੀ ਵੀ ਵਰਤੋਂ ਹੋਈ ਹੈ ਅਤੇ ਜੋ ਪੇਂਡੂ ਲਹਿਜਾ ਹੈ ਉਹ ਵੀ ਝਲਕਦਾ ਹੈ ਗੱਲਬਾਤ ਦੇ ਵਿੱਚ। ਸੋ ਭਾਸ਼ਾ ਸ਼ੈਲੀ ਦੇ ਪੱਖੋਂ ਵੀ ਇਸ ਕਹਾਣੀ ਨੂੰ ਇੱਕ ਸਫਲ ਕਹਾਣੀ ਦਾ ਦਰਜਾ ਦਿੱਤਾ ਜਾ ਸਕਦਾ ਹੈ, ਕਿਉਂਕਿ ਪੇਂਡੂ ਜੀਵਨ ਰੰਗਣ ਨੂੰ ਆਪਣੇ ਵਾਸਤਵਿਕ ਰੂਪ ਦੇ ਵਿੱਚ ਲੇਖਕ ਚਿਤਰਨ ਦੇ ਵਿੱਚ ਸਫਲ ਰਿਹਾ ਹੈ। ਸਾਂਝੀ ਕੰਧ ਸਿਰਲੇਖ, ਕਿਉਂਕਿ ਸਾਂਝੀ ਕੰਧ ਦੇ ਆਲੇ ਦੁਆਲੇ ਹੀ ਸਾਰੇ ਘਟਨਾ ਜੋ ਹੈ ਬੁਣੀ ਗਈ ਹੈ, ਘਟਨਾ ਦੀ ਬੁਣਤਰੀ ਜਿਹੜੀ ਹੈ ਉਹ ਸਾਂਝੀ ਕੰਧ ਦੇ ਨਾਲ ਸੰਬੰਧਿਤ ਹੈ। ਸੋ ਸਾਂਝੀ ਕੰਧ ਸਿਰਲੇਖ ਜੋ ਹੈ ਬਹੁਤ ਹੀ ਢੁਕਵਾਂ ਹੈ, ਫਬਵਾਂ ਹੈ, ਵਿਸ਼ੇ ਨਾਲ ਸਿੱਧਾ ਸੰਬੰਧਿਤ ਹੈ ਔਰ ਸਭ ਤੋਂ ਵੱਡੀ ਗੱਲ ਕਿ ਸਾਂਝੀਆਂ ਕੰਧਾਂ ਜਿਹੜੀਆਂ ਹਨ ਉਹ ਸਿਰਫ ਪਿੰਡਾਂ ਦੇ ਵਿੱਚ ਹੀ ਹੋ ਸਕਦੀਆਂ ਹਨ। ਪੇਂਡੂ ਭਾਈਚਾਰੇ ਦੀ ਆਪਸੀ ਸਾਂਝ ਦਾ ਆਪਣੱਤ ਦਾ ਪ੍ਰਤੀਕ ਹਨ ਇਹ ਸਾਂਝੀਆਂ ਕੰਧਾਂ, ਕਿਉਂਕਿ ਸ਼ਹਿਰਾਂ ਦੇ ਵਿੱਚ ਹਰ ਕੋਈ ਆਪਣੀ ਕੰਧ ਉਸਾਰਦਾ ਹੈ, ਸਭ ਦੀਆਂ ਨਿੱਜੀ ਕੰਧਾਂ ਹੁੰਦੀਆਂ ਹਨ, ਕੰਧ ਓਹਲੇ ਪ੍ਰਦੇਸ਼ ਵਾਲੀ ਸਥਿਤੀ ਹੁੰਦੀ ਹੈ, ਕਿਸੇ ਦਾ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਕੋਈ ਬਹੁਤ ਜ਼ਿਆਦਾ ਲੈਣ ਦੇਣ ਜਾਂ ਵਰਤੋਂ ਵਿਹਾਰ ਨਹੀਂ ਹੁੰਦਾ, ਕਿਉਂਕਿ ਸ਼ਹਿਰੀ ਜੀਵਨ ਜਾਂਚ ਹੀ ਬਿਲਕੁਲ ਨਵੇਕਲੇ ਕਿਸਮ ਦੀ ਹੈ, ਉਹ ਕਿਸੇ ਦੇ ਨਾਲ ਬਹੁਤਾ ਸੰਬੰਧ ਰੱਖ ਕੇ ਖੁਸ਼ ਨਹੀਂ ਹਨ। ਪਰ ਦੂਜੇ ਪਾਸੇ ਪੇਂਡੂ ਜੋ ਮੁਹਾਵਰਾ ਹੈ, ਪੇਂਡੂ ਜੋ ਜਨ ਜੀਵਨ ਹੈ, ਇਹਦੇ ਵਿੱਚ ਸਾਂਝੀਆਂ ਕੰਧਾਂ ਵੀ ਬਹੁਤ ਵੱਡਮੁੱਲਾ ਰੋਲ ਅਦਾ ਕਰਦੀਆਂ ਹਨ। ਸੋ ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਂਝੀ ਕੰਧ ਕਹਾਣੀ ਜੋ ਹੈ ਇਹ ਸੰਤੋਖ ਸਿੰਘ ਧੀਰ ਦੀ ਇੱਕ ਬੇਹੱਦ ਹੀ ਪ੍ਰਸਿੱਧ ਕਹਾਣੀ ਹੈ। ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦਾ ਇਹ ਲੈਕਚਰ ਕਾਫੀ ਲਾਹੇਵੰਦ ਸਾਬਿਤ ਹੋਇਆ ਹੋਵੇਗਾ। ਮਿਲਾਂਗੇ ਅਗਲੀ ਕਹਾਣੀ ਦੀ ਚਰਚਾ ਲੈ ਕੇ, ਤਦ ਤੱਕ ਲਈ ਇਜਾਜ਼ਤ, ਧੰਨਵਾਦ।